ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ ਕਮਿਊਨਿਟੀ ਪ੍ਰੋਫਾਈਲ ਵਿੱਚ ਅਸੀਂ ਉਹਨਾਂ ਸ਼ਖਸੀਅਤਾਂ ਦੇ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਜਿਹੜੇ ਕਿ ਲੰਮੇ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਅਤੇ ਉਹਨਾਂ ਦੀ ਕੋਈ ਨਾ ਕੋਈ ਦੇਣ ਹੈ ਕਮਿਊਨਿਟੀ ਨੂੰ ਕਮਿਊਨਿਟੀ ਕਿਵੇਂ ਇਵੋਲਵ ਹੋਈ ਕੀ ਕੁਝ ਚੈਲੰਜਸ ਉਹਨਾਂ ਨੇ ਫੇਸ ਕੀਤੇ ਕਿਹੜੀਆਂ ਅਚੀਵਮੈਂਟਸ ਨੇ ਤੇ ਖਾਸ ਤੌਰ ਦੇ ਉਤੇ ਕਿਵੇਂ ਅਸੀਂ ਉਹਨਾਂ ਦੇ ਐਕਸਪੀਰੀਅੰਸ ਤੋਂ ਕੁਝ ਸਿੱਖ ਸਕਨੇ ਆ ਇਹੀ ਮਕਸਦ ਹੁੰਦਾ ਹੈ ਕਮਿਊਨਿਟੀ ਪ੍ਰੋਫਾਈਲ ਵਿੱਚ ਕਿਸੇ ਨਾ ਕਿਸੇ ਸਕਸੈਸ ਨੂੰ ਲਿਆਉਂਦਾ ਅੱਜ ਦੇ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਜਿਹੜੀ ਅਸੀਂ ਨਵੀਂ ਸੀਰੀ ਸ਼ੁਰੂ ਕਰਨ ਜਾ ਰਹੇ ਆ ਸੋਹਣ ਸਿੰਘ ਦਿਓ ਨਾਲ ਜਿਹੜੇ ਕਿ ਇਸ ਸਮੇਂ ਪ੍ਰੈਜ਼ੀਡੈਂਟ ਹਨ ਰੌ ਸਟਰੀਟ ਗੁਰਦੁਆਰਾ ਸਾਹਿਬ ਵੈਂਕੂਵਰ ਦੇ ਆਪ ਸਵਾਗਤ ਕਰਦੇ ਆ ਤੇ ਇਹਨਾਂ ਕੋਲ ਜਾਣਕਾਰੀ ਲੈਣੇ ਜੀ ਅਨੰਝੀ ਵੈਲਕਮ ਟੂ ਦ ਸ਼ਸਤੀਕਾਲ ਜੀ ਸਤ ਤੋ ਤੁਸੀਂ ਕਿਹੜੇ ਸਾਲ ਤੁਸੀਂ ਕੈਨੇਡਾ ਆਏ ਕਿੰਨੀ ਉਮਰ ਸੀ ਤੁਹਾਡੀ ਇੱਥੇ ਤੇ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰੇਰਿਤ ਕੀਤਾ ਇੱਥੇ ਆਉਣ ਵਾਸਤੇ ਮੈਂ ਹਰਪ੍ਰੀਤ ਜੀ ਮੈਂ 1963 ਦੇ ਵਿੱਚ ਆਇਆ ਅੱਛਾ ਜੀ ਔਰ ਮੈਂ ਤਕਰੀਬਨ ਆਪਣੇ 20s ਦੇ ਵਿੱਚ ਆਇਆ ਓਕੇ ਹਾਂ ਜੀ ਤਾਂ 20s ਦੇ ਵਿੱਚ ਆਇਆ ਔਰ ਜਦੋਂ ਮੈਂ ਆਇਆ ਤਾਂ ਮੈਂ ਸਮਝ ਲਓ ਵੀ ਕਾਲਜ 4th year ਛੱਡ ਕੇ 4th year ਦੇ ਵਿੱਚ ਆ ਗਿਆ ਸੀਗਾ ਸੋ ਇਸ ਵੇਲੇ ਫਿਰ ਤੁਹਾਨੂੰ ਪਤਾ ਆ ਵੀ ਆਇਆ ਕਿਉਂ ਆ ਇਹ ਤਾਂ ਸਾਰਿਆਂ ਨੂੰ ਪਤਾ ਆ ਜੀ ਹਣਾ ਇੱਥੇ ਉਦੋਂ ਕਾਸ਼ਿਸ਼ ਸੀਗੀ ਪਈ ਇੱਥੇ ਕਿਸ ਤਰ੍ਹਾਂ ਆਇਆ ਜਾਵੇ ਜੀ ਪਰ ਉਹ ਫਿਰ ਆਇਆ ਮੈਂ ਹੈਗਾ ਜੀ ਮੇਰੇ ਫਾਦਰ ਨਾਲ ਦੀ ਜਿਹੜੀ ਫੈਮਿਲੀ ਆ ਉਹ ਬਹੁਤ ਲੌਂਗ ਟਾਈਮ ਤੋਂ ਇੱਥੇ ਰਹਿੰਦੀ ਸੀਗੀ ਸੋ ਮੈਂ ਜਾਨੀ ਇਹ ਸ਼ਾਦੀ ਕਰਾ ਕੇ ਰਾਈਟ ਆਇਆ ਹਾਂ ਜੀ ਸੋ ਇੱਥੇ ਆ ਕੇ ਆਫ ਕੋਰਸ ਦੀ ਸਪੋਰਟ ਤਾਂ ਮਿਲਦੀ ਹੈ ਕਿਉਂਕਿ ਫੈਮਿਲੀ ਵੱਲੋਂ ਮਿਲ ਗਈ ਲੇਕਿਨ ਅਨੌਕਰੀ ਵਗੈਰਾ ਵਾਸਤੇ ਤੇ ਆਫਿਸ ਦੇ ਵਿੱਚ ਜਦੋਂ ਅਸੀਂ ਆਏ ਆ ਨਾ ਜੀ ਉਸ ਵੇਲੇ ਸਿਚੁਏਸ਼ਨ ਅੱਜ ਨਾਲੋਂ ਬਹੁਤ ਵੱਖਰੀ ਸੀਗੀ ਅੱਛਾ ਜੀ ਉਹ ਉਹ ਇਦਾਂ ਸੀਗੀ ਜੀ ਜਦੋਂ ਅਸੀਂ ਆਏ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਨੂੰ ਆਉਂਦਿਆਂ ਨੂੰ ਤਾਂ ਕੋਈ ਤਕਲੀਫ ਨਹੀਂ ਹੈ ਹੋਈ ਕਿਉਂਕਿ ਘਰ ਆ ਗਏ ਰਾਈਟ ਤਾਂ ਇੱਥੇ ਸਾਰੇ ਸਾਹਮਣੇ ਵਾਲੇ ਸੀਗੇ ਤੇ ਲੇਕਿਨ ਇੰਨਾ ਜ਼ਰੂਰ ਸੀਗਾ ਵੀ ਆਫਟਰ ਆਲ ਕੰਮ ਤਾਂ ਟੋਲਣਾ ਪੈਣਾ ਸੀਗਾ ਨਾ ਬਿਲਕੁਲ ਤਾਂ ਕੰਮ ਟੋਲਣ ਦੇ ਵਿੱਚ ਵੀ ਤੁਸੀਂ ਇਹ ਸਮਝ ਲਓ ਵੀ ਬਹੁਤੀ ਤਕਲੀਫ ਨਹੀਂ ਆਈ ਕਿਉਂਕਿ ਜਾਣ ਪਛਾਣ ਸੀਗੀ ਥੋੜੀ ਬਹੁਤ ਇਹਨਾਂ ਦੀ ਪਰ ਕੰਮ ਜਿਹੋ ਜਿਹੇ ਅਸੀਂ ਜਿਸ ਮਾਹੌਲ ਤੋਂ ਆਏ ਸੀ ਉਹੋ ਜਿਹਾ ਕੰਮ ਤਾਂ ਇੱਥੇ ਮਿਲਣਾ ਉਸ ਵੇਲੇ ਔਖਾ ਸੀਗਾ ਜੀ ਪਰ ਫੇਰ ਵੀ ਮੇਰੇ ਪਿੰਡੂ ਸੀਗੇ ਉਹਨਾਂ ਨੇ ਮੇਰੀ ਹਰ ਤਰ੍ਹਾਂ ਨਾਲ ਹੀ ਕਿਉਂਕਿ ਮੈਂ ਚਿਰਾਂ ਬਾਅਦ ਸਾਡੇ ਉਧਰ ਲਗਾ ਪਹਿਲਾਂ ਤੋਂ ਸੀਗੇ ਸਾਡਾ ਬਾਬਾ ਜੀ ਇੱਥੇ ਆਏ ਸੀਗੇ 196 ਦੇ ਵਿੱਚ ਅੱਛਾ ਜੀ ਤਾਂ ਲੇਕਿਨ ਫੇਰ ਇੱਥੋਂ ਫੇਰ ਉਹ ਅਮਰੀਕਾ ਚਲੇ ਗਿਆ ਉਹ ਫੇਰ ਗਦਰ ਪਾਰਟੀ 'ਚ ਖੈਰ ਹੈ ਤਾਂ ਡਿਫਰੈਂਟ ਸਟੋਰੀ ਆ ਗਦਰ ਪਾਰਟੀ ਦੇ ਵਿੱਚ ਵੀ ਉਹ ਬਹੁਤ ਅੱਛਾ ਜੀ ਮੇਰਾ ਮਤਲਬ ਆ ਮੋਰਲਿਆਂ 'ਚ ਹੀ ਰਹੇ ਆ ਹਮਮ ਤਾਂ ਪਰਫੀ ਸਾਡਾ ਲਿੰਕ ਬਾਅਦ ਟੁੱਟ ਗਿਆ ਸੀਗਾ ਉਹਨਾਂ ਦੀ ਡੈਥ ਹੋ ਗਈ ਸੀਗੀ 1934 ਚ ਰਾਈਟ ਤਾਂ ਮੇਰੇ ਡੈਡੀ ਵੀ ਉਸ ਵੇਲੇ ਹਲਕੇ ਸੀਗੇ ਤਾਂ ਉਹਨਾਂ ਦੇ ਬ੍ਰਦਰ ਨੇ ਮਤਲਬ ਸਾਡੇ ਦੂਜੇ ਬਾਬਾ ਜੀ ਨੇ ਫਿਰ ਸਾਡੇ ਡੈਡੀ ਨੂੰ ਆਉਣ ਨਹੀਂ ਦਿੱਤਾ ਲੇਕਿਨ ਅਮਰੀਕਨ ਗਵਰਨਮੈਂਟ ਨੇ ਕਿਹਾ ਸੀਗਾ ਵੀ ਤੁਹਾਡੇ ਚੋਂ ਇੱਕ ਜਣਾ ਆ ਸਕਦਾ ਓਕੇ ਉਦੋਂ ਫਿਰ ਇਹ ਆਏ ਨਹੀਂ ਖੈਰ ਉਹ ਫਿਰ ਲਿੰਕ ਸਾਡਾ ਟੁੱਟ ਗਿਆ ਤਾਂ ਬਾਬਾ ਜੀ ਕਹਿੰਦੇ ਵੀ ਨਹੀਂ ਮੈਂ ਨਹੀਂ ਭੇਜਣਾ ਇਹ ਮੇਰੇ ਡੈਡੀ ਨੂੰ ਕਹਿੰਦੇ ਵੀ ਨਿਆਣਾ ਆ ਤੇ ਇਹ ਐਨਬੀ ਉਧਰੇ ਰਹਿ ਜਾਣਾ ਫਿਰ ਅੱਛਾ ਜੀ ਤਾਂ ਫਿਰ ਜਦੋਂ ਮੈਂ ਆਇਆ ਉਸ ਵੇਲੇ ਤਾਂ ਮੈਂ ਇੰਡੀਪੈਂਡੈਂਟ ਇਥੇ ਆਇਆ। ਇਥੇ ਆ ਕੇ ਜਿਸ ਤਰ੍ਹਾਂ ਉਹ ਤੁਸੀਂ ਗੱਲ ਕੀਤੀ ਕਿ ਜੌਬ ਓਪਰਚ्युनिटीਸ ਕੋਈ ਨਹੀਂ ਸੀ ਤੇ ਜ਼ਿਆਦਾਤਰ ਜਿਹੜੇ ਲੋਕਸ ਨੂੰ ਮਿਲਾਂ ਦੇ ਵਿੱਚ ਹੀ ਜਾਂਦੇ ਸੀ। ਤੁਸੀਂ ਕੀ ਕੀਤਾ ਇਥੇ ਆ ਕੇ? ਬਿਲਕੁਲ ਮੈਂ ਇਥੇ ਆ ਕੇ ਜੀ ਮੈਂ ਉੱਥੇ ਆ ਕੇ ਮੇਰੇ ਇਥੇ ਮੇਰਾ ਪ੍ਰਲਾਦ ਡਾਕਟਰ ਗਿਲ ਦਾ ਬ੍ਰਦਰ ਬ੍ਰਦਰ ਸਿਗਾ ਪ੍ਰਲਾਦ ਉਹਦਾ ਬ੍ਰਦਰਨਲਾ ਸਿਗਾ ਇਥੇ ਤਾਂ ਉਹਨ ਮੈਨੂੰ ਆਪਣੇ ਨਾਲ ਨਾ ਜੀ ਅਸਿਸਟੈਂਟ ਮਕੈਨੀਕਲ ਲਾ ਲਿਆ। ਅੱਛਾ ਜੀ। ਜਾ ਜਿੱਦਾਂ ਹੈਲਪਰ ਹੁੰਦਾ ਤਾਂ ਜੋ ਬੜੀ ਵਧੀਆ ਸੋਹਣੀ ਸੀਗੀ ਉਹ ਲੇਕਿਨ ਉਹ ਜਿਹੜਾ ਆਲਾ ਦੋਲਾ ਨਾ ਜੀ ਹੁੰਦਾ ਉਹ ਫੇਰ ਕਰਨ ਨਹੀਂ ਦਿੰਦਾ ਹੈ ਮੈਂ ਉਹ ਵੀ ਪਛਤਾਵਾ ਹੀ ਆਇਆ ਕਿ ਜੇ ਮੈਂ ਉੱਥੇ ਥੋੜਾ ਚਿਰ ਹੋਰ ਕਰਦਾ ਰਹਿੰਦਾ ਉਹ ਯੂਨੀਅਨ ਜੌਬ ਹੋ ਜਾਣੀ ਹੋ ਗਈ ਸੀਗੀ ਪਰ ਜਿਹੜਾ ਆਲਾ ਦੋਲਾ ਸੀਗਾ ਜੀ ਪੈਸੇ ਕੱਟਿਆ ਆ ਬਾਧਿਆ ਉਹ ਨਹੀਂ ਜੀ ਧਾਕੇ ਮੈਨੂੰ ਮੇਲਵਾਲ ਨੂੰ ਕਰ ਦਿੱਤਾ ਕਿ ਤੁਸੀਂ ਉੱਥੇ ਤੁਸੀਂ ਕਿਹਾ 4th ਇਅਰ ਚ ਆਏ ਸੀ ਹਾਂ ਕਿ ਇੱਥੇ ਆ ਕੇ ਤੁਸੀਂ ਸੋਚਿਆ ਕਿ ਪੜ੍ਹਾਈ ਵੀ ਹੋਰ ਕੀਤੀ ਜਾਏ ਹਾਂ ਇੱਥੇ ਆ ਕੇ ਮੈਂ ਸੋਚਿਆ ਵੀ ਮੈਂ ਉਹ ਤਾਂ ਗਿਆ ਐਸੀ ਗੱਲ ਨਹੀਂ ਮੈਂ ਸਕੂਲ ਗਿਆ ਇੱਥੇ ਆ ਕੇ ਵੀ ਪਹਿਲਾਂ ਤਾਂ ਥੋੜੀ ਜਿਹੀ ਇੰਗਲਿਸ਼ ਵੀ ਪਾਸੀ ਗਈ ਤਾਂ ਸਹੀ ਹੈ ਨਾ ਪਰ ਫਿਰ ਵੀ ਤੁਹਾਨੂੰ ਪਤਾ ਜੀ ਸਾਡਾ ਥੋੜਾ ਜਿਹਾ ਪ੍ਰੋਨਨਸੀਏਸ਼ਨ ਦਾ ਡਿਫਰੈਂਟ ਸੀਗਾ ਸੋ ਮੈਂ ਇੱਥੇ ਆ ਕੇ ਕੋਰਸ ਵੀ ਥੋੜਾ ਬਹੁਤ ਕੋਰਸ ਛੋਟੇ ਛੋਟੇ ਕੀਤੇ ਆ ਜੀ ਆ ਕੇ ਆ ਜਿਹੜੇ ਹੈਗੇ 에ਅਰਲਾਈਨਸ ਦਾ ਕੀਤਾ ਜਾਂ ਸਿੱਧਾ ਵੀ ਸਕੂਲ ਪਾਰਟ ਟਾਈਮ ਮੈਂ ਸਕੂਲ ਜਾਂਦਾ ਰਿਆਂ ਰਾਈਟ ਤਾਂ ਜੇ ਤੁਸੀਂ ਕਹੋ ਕੋ ਡਿਗਰੀ ਉੱਥੇ ਤਾਂ ਹੀ ਨਹੀਂ ਮੈਂ ਉੱਥੇ ਐਵੇਂ ਤੁਹਾਨੂੰ ਕਹਿ ਰਹੇ ਆ ਬੇਸਿਕ ਜਿਹੜੀ ਸੀ ਅਪਗ੍ਰੇਡ ਆ ਬੇਸਿਕ ਜਿਹੜੀ ਸੀਗੀ ਉਹ ਮਾਹੌਲ ਕੀ ਹੁੰਦਾ ਸੀ ਜੀ ਉਸ ਸਮੇਂ ਕਿੰਨੇ ਕੁ ਆਪਣੇ ਪਰਿਵਾਰ ਇਥੇ ਹੁੰਦੇ ਸੀ ਕਿਹੋ ਜਿਹਾ ਮਾਹੌਲ ਸੀ ਉਹਦੇ ਬਾਰੇ ਦੱਸੋ ਇਹ ਜਿਹੜਾ ਹੈ ਨਾ ਜੀ ਆਪਣਾ ਇੰਟਰਨਲ ਮਾਹੌਲ ਸੀਗਾ ਉਹ ਬਹੁਤ ਵਧੀਆ ਸੀਗਾ ਓਕੇ ਜਿੱਦਾਂ ਹੁਣ ਮੈਂ ਮੈਂ ਉੱਥੇ ਸਪੋਰਟਸ ਦੇ ਵਿੱਚ ਆਇਆ ਸੀਗਾ ਮੈਨੂੰ ਇੱਥੇ ਆਉਂਦੇ ਨੂੰ ਉਹ ਐਸੇ ਮੁੰਡੇ ਮਿਲੇ ਉਹ ਨਹੀਂ ਮੈਨੂੰ ਮਲੂਵੇਂ ਨਹੀਂ ਹੋਣ ਦਿੱਤਾ ਪਰ ਲੇਕਿਨ ਉਸ ਵੇਲੇ ਸਾਡੀ ਆਬਾਦੀ ਦੇ ਹਿਸਾਬ ਦੇ ਨਾਲ ਇੱਥੇ ਜੇ ਤੁਸੀਂ ਕਹੋ ਵੀ ਬਹੁਤੀਆਂ ਗੇਮਾਂ ਨਹੀਂ ਸੀਗੀਆਂ ਵਾਲੀਬਾਲ ਸੇ ਹੁੰਦਾ ਸੀਗਾ ਜੀ ਤਾਂ ਖੈਰ ਵਾਲੀਬਾਲ ਵੀ ਮੈਂ ਬੜਬਰੀਆ ਖੇਡ ਲੰਦਾ ਸੀਗਾ ਤਾਂ ਸੂ ਮੁੰਡਿਆਂ ਦੇ ਨਾਲ ਮੇਰੀ ਵਾਕਫੀਤ ਹੋ ਗਈ ਤਾਂ ਪਰ ਮੇਰਾ ਬਹੁਤਾ ਉਜਾਰਨਾ ਨਾ ਜੀ ਕੰਮ ਤਾਂ ਕਰਨਾ ਹੀ ਕਰਨਾ ਸੀਗਾ ਪਰ ਇਹ ਗੇਮ ਵਾਲ ਨਹੀਂ ਜਿਆਦਾ ਸੀਗਾ ਪਹਿਲੇ ਜਦੋਂ ਮੈਂ ਆਇਆ ਜੀ ਤਾਂ ਸੋ ਫਿਰ ਇਹ ਘਾਟ ਜਿਹੀ ਸਮਝੀ ਪਈ ਇੱਥੇ ਆ ਕੇ ਉਹ ਵਾਲੀਬਾਲ ਤਾਂ ਸੀਗਾ ਹੀ ਸੀਗਾ ਪਰ ਫੇ ਜਿਹੜੀ ਅਸਲੀ ਮੇਰੀ ਗੇਮ ਸੀਗੀ ਫੁੱਟਬਾਲ ਸੀ ਕੀ ਜੀ ਫਿਰ ਅਸੀਂ 1965 ਦੇ ਵਿੱਚ ਨਾ ਜੀ ਫੋਰ ਦੇ ਵਿੱਚ ਕਲੱਬ ਬਣਾਇਆ ਅੱਛਾ ਜੀ ਸਾਡਾ ਪਿੰਡੂ ਜਿਹੜਾ ਆਪਣਾ ਬਰਲਾਤ ਸਿੰਘ ਗਿੱਲ ਸੀਗਾ ਉਹ ਡਾਕਟਰ ਦਾ ਬਰਦਸ ਸੀਗਾ ਉਹ ਵੀ ਉਸ ਵੇਲੇ ਪਿੰਡੂ ਆਇਆ ਸੀਗਾ ਤਾਂ ਉਸ ਲਈ ਮੈਂ ਕਾਲਜ ਸੀਗਾ ਤਾਂ ਇਸ ਕਰਕੇ ਸਾਡਾ ਉਹ ਉਹਦਾ ਵੀ ਇੰਟਰਸਟ ਬਹੁਤ ਸੀਗਾ ਰਾਈਟ ਸੋ ਅਸੀਂ ਫਿਰ ਮੇਰਾ ਖਿਆਲ ਆ ਨਾਰਥ ਅਮਰੀਕਾ ਦੇ ਵਿੱਚ ਜੇ ਤੁਸੀਂ ਕਹੋ ਨਾ ਪੰਜਾਬੀਆਂ ਦਾ ਕਲੱਬ ਇਹ ਪਹਿਲਾ ਸੀ ਖਾਲਸਾ سپورਟਿੰਗ ਕਲੱਬ ਜਿਹੜਾ ਅੱਛਾ ਇੱਥੇ ਰਜਿਸਟਰ ਕਰਾਇਆ ਅੱਛਾ ਜੀ ਰਜਿਸਟਰ ਕਰਾ ਕੇ ਤਕਲੀਫਾ ਤਾਂ ਉਹ ਦੋ ਸੀਗੇ ਜੀ ਸਾਡੇ ਕੋ ਮੁੰਡੇ ਨਹੀਂ ਹੁੰਦੇ ਸੀਗੇ ਪਰ ਜਿਹੜੇ ਆਲੇ-ਦੋਲੇ ਵੀ ਸੀਗੇ ਜਿੱਦਾਂ ਬਕਟੂਰੀ ਹੋਏ ਨਨ੍ਹੰਭੂ ਹੋਏ ਜੀ ਜਾਂ ਕੋਈ ਸਕਮਿਸ਼ ਹੋਇਆ ਉਹ ਉਹਨਾਂ ਨੂੰ ਜਿਲੇ ਕਿਤੇ ਉਹਨਾਂ ਨੂੰ ਵੀ ਚਾਹ ਹੁੰਦਾ ਸੀ ਖੇਡਣ ਦਾ ਰਾਈਟ ਤਾਂ ਬਗੈਰ ਕਿਸੇ ਪੈਸੇ ਪੂਸੇ ਤੋਂ ਉਹ ਵੀ ਆਉਂਦੇ ਰਹੇ ਤਾਂ ਅਸੀਂ ਲੀਗ ਦੇ ਵਿੱਚ ਬਹੁਤ ਵਧੀਆ ਮੇਰਾ ਮਤਲਬ ਆ ਆਪਣਾ ਕਰਦੇ ਰਹੇ ਤਾਂ ਸੋ ਇਹ ਚੱਲਦਾ ਚੱਲਦਾ ਖਾਲਸਾ ਜਿਹੜਾ سپورਟਿੰਗ ਕਲੱਬ ਆ ਜੀ ਇਹ ਤਾਂ ਇਹ ਤਾਂ ਹਾਲੇ ਟਾਈਮ ਵੀ ਤਾਂ ਚੱਲਦਾ ਲੇਕਿਨ 70s ਦੇ ਵਿੱਚ ਆ ਕੇ ਤਾਂ ਫਿਰ ਬਹੁਤ ਚੜ ਗਿਆ ਕਿਉਂਕਿ ਸਾਡੇ ਕੋਲ ਮੇਰੇ ਨਾਲ ਜਿਹੜੇ ਮੁੰਡੇ ਉਧਰ ਖੇਡਦੇ ਸੀਗੇ ਉਹ ਉਹ ਲੀਡਰ ਦੇ ਵਿੱਚ ਸੀਗੇ ਲੀਡਰ ਨਾਲ ਥੋੜੀ ਅਣਬਣ ਹੋਈ ਉਹ ਸਾਡੇ ਪਿੰਡੂ ਨੇ ਵੀ ਕਿਉਂਕਿ ਉਹ ਪਹਿਲਾਂ ਆਇਆ ਸੀਗਾ ਸਟੈਬਲਿਸ਼ਡ ਸੀਗਾ ਉਹ ਕਹਿੰਦਾ ਕੋਈ ਨਹੀਂ ਉਹਨਾਂ ਨੂੰ ਸਾਧ ਲੈਣੇ ਸਾਰੇ ਆ ਗਏ ਉਹ ਸਾਰੇ ਆ ਗਏ ਤਾਂ ਟੀਮ ਬਹੁਤ ਵਧੀਆ ਬਣ ਗਈ ਸੋ ਬਹੁਤਾ ਮੇਰਾ ਪਹਿਲਾ ਤਾਂ ਜਿਹੜਾ ਸੇਗਾ ਉਹ ਬਹੁਤਾ ਕੰਮ ਤੇ ਨਾਲ ਸਪੋਰਟਸ ਵਾਲੇ ਪਾਸੇ ਹਾਂ ਸਪੋਰਟਸ ਵਾਲੇ ਬਹੁਤਾ ਸੀਗਾ ਸੋ ਇਹ ਜਿਹੜਾ ਤੁਸੀਂ ਕਲੱਬ ਇਸਟੈਬਲਿਸ਼ ਕਰ ਲਿਆ ਕਿ ਆ ਨਾਰਥ ਅਮਰੀਕਾ ਚ ਪਹਿਲਾ ਫੁੱਟਬਾਲ ਕਲੱਬ ਹੈਗਾ ਸੀ ਸੋ ਕੀ ਮੇਨ ਸਟ੍ਰੀਮ ਵਿੱਚ ਵੀ ਜਾ ਕੇ ਖੇਡਣਾ ਵਗੈਰਾ ਸ਼ੁਰੂ ਕੀਤਾ ਉਹਨਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਸੀ ਕੀ ਐਕਸੈਪਟੇਬਲ ਸੀ ਤੁਸੀਂ ਜਿਸ ਵੇਲੇ ਆ ਨਾ ਜੀ ਅਸੀਂ ਇੱਥੇ ਮੇਨਲੈਂਡ ਸੌਕਰ ਲੀਗ ਜਿਹੜੀ ਸੀਗੀ ਐਕਸੈਪਟੇਬਲ ਸੀਗੇ ਜੀ ਤਾਂ ਉਹਦੇ ਵਿੱਚ ਜਿਸ ਵੇਲੇ ਅਸੀਂ ਅਸੀਂ ਬਹੁਤ ਵਧੀਆ ਮੈਂ ਮਤਲਬ ਆ ਆਪਣਾ ਕੰਮ ਕਰਦੇ ਕਿਉਂਕਿ ਉਹਦੇ ਵਿੱਚ ਅਸੀਂ ਫਿਰ ਜੇ ਕਿਤੇ ਜਿੱਥੇ ਕਿਤੇ ਆਪਣੇ ਮੁੰਡਿਆਂ ਦੀ ਕਮੀ ਹੁੰਦੀ ਸੀ ਕ ਲੈਕਨ 70 ਦੇ ਵਿੱਚ ਆ ਕੇ ਫਿਰ ਸਾਡੇ ਕੋਲ ਜਿਹੜੇ ਲੀਡਰ ਵਾਲੇ ਆ ਗਏ ਨਾ ਜੀ ਫਿਰ ਤਾਂ ਇੱਥੇ ਦੇ ਜਿਹੜੇ ਕਲਬ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਫਿਰ ਇੱਥੇ ਇੱਕ ਪ੍ਰੀਮੀਅਰ ਲੀਗ ਚੱਲੀ ਸੀ ਸੈਮੀ ਪ੍ਰੋਫੈਸ਼ਨਲ ਲੀਗ ਉਹਨਾਂ ਨੇ ਸਾਨੂੰ ਆ ਪਾ ਕੇ ਅਪਰੋਚ ਕੀਤਾ ਵੀ ਤੁਹਾਡੀ ਟੀਮ ਬਹੁਤ ਵਧੀਆ ਹੈ ਬੁੰਡੇ ਤੁਹਾਡੇ ਬਹੁਤ ਵਧੀਆ ਤੁਸੀਂ ਆ ਜਾਓ ਤਾਂ ਉਹ ਨਹੀਂ ਫਿਰ ਸਾਨੂੰ ਲੈ ਲਿਆ ਲੈ ਕੇ ਤਾਂ ਅਸੀਂ ਉਹ ਪਰ ਉਹ ਲੀਗ ਇੱਕ ਸਾਲ ਹੀ ਰਹੀ ਜੀ ਉਹ ਲੀਗੇ ਟੁੱਟ ਗਈ ਲੇਕਿਨ ਸਾਡੀ ਟੀਮ ਬਹੁਤ ਵਧੀਆ ਸੀ ਉਦੋਂ ਠੀਕ ਹੈ ਸੋ ਉਹ ਚਲਦੀ ਚਲਦੀ ਖੈਰ ਉਸ ਵੇਲੇ ਫਿਰ ਹੈ ਨਾ ਜੀ ਹੁੰਦੇ ਸੀਗੇ ਥੋੜਾ ਆਪਣੀ ਆਬਾਦੀ ਥੋੜੀ ਸੀ ਬੰਦੇ ਵਧੀਆ ਸੀਗੇ ਉਹ ਫਿਰ ਆ ਬੰਦੇ ਜਾਣਣ ਜੁੜਨ ਲੱਪੇ ਤਾਂ ਸਾਰੇ ਜਿਹੜੇ ਆ ਇਸ ਕਰਕੇ ਇਨੀ ਫਿਰ ਮੈਨੂੰ ਥੋੜਾ ਜਿਹਾ ਜੇ ਗੁਰਦੁਆਰੇ ਵੱਲ ਨੂੰ ਵੀ ਆ ਜਾ ਆ ਗਿਆ ਚਲੇ ਗਿਆ ਕਿਹੜੇ ਸੰਦੀ ਗੱਲ ਕਰ ਹਾਂਜੀ ਇਹ ਮੈਂ 60 63 ਚ ਆਇਆ ਜੀ ਗੁਰਦੁਆਰਾ ਤਾਂ ਇੱਕੋ ਹੀ ਹੁੰਦਾ ਸੀਗਾ ਉੱਥੇ ਹੀ ਜਾਣਾ ਬੇਸਿਕਲੀ ਠੀਕ ਹੈ ਉਹੀ ਸਮਝ ਲਓ ਸੀਗਾ ਇਕੱਠੇ ਹੋਣ ਦਾ ਤਾਂ ਉਹ ਸੈਕੰਡੇ ਵੀ ਨਹੀਂ ਹੁੰਦਾ ਗੁਰਦੁਆਰਾ ਹੁੰਦਾ ਸੀਗਾ ਤੇ ਉਥੇ ਫੇ ਮੈਂ 63 ਤੋਂ 78 ਐ ਨਹੀਂ ਫਿਰ ਜੇ ਤੋਂ ਉਹਦੇ ਤੇ 60 9 ਦੇ ਵਿੱਚ ਜਾ ਕੇ ਫਿਰ ਇਹ ਨਹੀਂ ਮੈਨੂੰ ਉਥੇ ਗੁਰਦੁਆਰੇ ਦੇ ਵਿੱਚ ਇਨਵੋਲਵ ਕਰ ਲਿਆ ਓਕੇ ਇਹ ਗੁਰਦੁਆਰੇ ਵਿੱਚ ਜਿਹੜੀ ਇਨਵੋਲਵਮੈਂਟ ਹੋਈ ਪਰ ਉਸ ਸਮੇਂ ਜਿਹੜਾ ਮਾਹੌਲ ਆਮ ਤੌਰ ਤੇ ਹੁੰਦਾ ਸੀ ਕਿ ਇਹ ਜੋ ਸੁਣਨੇ ਆ ਕਿ ਬੜੀ ਡਿਸਕ੍ਰਿਮੀਨੇਸ਼ਨ ਹੁੰਦੀ ਸੀ ਪਾਕੀਸ ਗੋ ਬੈਕ ਕਿਹਾ ਜਾਂਦਾ ਸੀ ਸਾਰਿਆਂ ਨੂੰ ਕਿ ਦਸਤਾਰ ਦੇ ਨਾਲ ਕੀ ਕੋਈ ਪ੍ਰੋਬਲਮ ਵੀ ਫੇਸ ਕਰਨੀ ਪਈ ਕੀ ਕੁਝ ਹੋਇਆ ਇਸ ਦੇ ਬਾਰੇ ਗੱਲ ਕਰਨੇ ਇਸ ਚੋੜੀ ਜਿਹੀ ਬ੍ਰੇਕ ਤੋਂ ਬਾਅਦ ਸੋਹਣ ਸਿੰਘ ਦਿਓਜੀ ਨਾਲ ਅਸੀਂ ਸਾਂਝ ਪਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਜਦੋਂ ਇੱਥੇ ਆਏ ਕੀ ਮਾਹੌਲ ਹੁੰਦਾ ਸੀ ਕੀ ਕੁਝ ਨਾਲ ਦੀਆਂ ਉਪਲਬਧੀਆਂ ਨੇ ਗੁਰਦੁਆਰੇ ਪੋਲਿਟਿਕਸ ਵਿੱਚ तकरीबन 69 ਤੱਕ ਇਹਨਾਂ ਨੇ ਕਿਹਾ ਕਿ ਇਹਨਾਂ ਦਾ ਝੁਕਾੜ ਜਿਹੜਾ ਉਹ ਵੱਧਾ ਸ਼ੁਰੂ ਹੋ ਗਿਆ ਸੀ ਪਰ ਉਸ ਸਮੇਂ ਕੀ ਮਾਹੌਲ ਸੀ ਆ ਉਸ ਬਾਰੇ ਕੋਈ ਹੋਰ ਗੱਲਬਾਤ ਕਰਨੀ ਸੋ ਕੀ ਸੀ ਜੀ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਨੇ ਕੀ ਵਾਕਿਆ ਜੀ ਹੁੰਦੀ ਸੀ ਇਹ ਡਿਸਕ੍ਰਿਮੀਨੇਸ਼ਨ ਸੀਗਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਿਹੜੀ ਤੁਸੀਂ ਆਪਣੀ ਦਸਤਾਰ ਦੀ ਗੱਲ ਕੀਤੀ ਹੈ ਇਹ ਤਾਂ ਬਿਲਕੁਲ ਸਹੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀਗੇ ਚਾਹੇ ਤਾਂ ਉਹ ਹਟিয়ে ਸੀਗੇ ਜੀ ਚਾਹੇ ਉਹਨਾਂ ਦੇ ਥੋੜੇ ਬਹੁਤੇ ਆਪਣੇ ਕੰਮ ਸੀਗੇ ਤਾਂ ਉਹਨਾਂ ਤੋਂ ਬਗੈਰ ਮੇਰਾ ਮਤਲਬ ਆ ਭਈ ਹਨਾ ਜੀ ਜੇ ਕਿਤੇ ਤੁਸੀਂ ਜਾਣਦੇ ਸੀਗੇ ਤਾਂ ਪਗਵਾਲੇ ਨੂੰ ਨਾ ਜਵਾਬ ਹੀ ਹੁੰਦਾ ਸੀਗਾ ਮੋਸਟਲੀ ਓਕੇ ਹੁਣ ਜੇ ਤੁਸੀਂ ਕਹੋ ਵੀ ਅਸੀਂ ਵੀ ਕੋਈ ਖੁਸ਼ੀ ਨਾ ਤਾਂ ਆ ਕੇ ਵਾਲ ਨਹੀਂ ਕਟਾਏ ਜੀ ਕਿ ਮੈਂ ਸਹੀ ਗੱਲ ਤੁਹਾਨੂੰ ਦੱਸਾਂ ਜਿੱਦਣ ਮੈਂ ਅਸੀਂ ਵਾਲ ਕਟਾਏ ਆ ਮੈਂ ਵਾਲ ਕਟਾਏ ਆ ਮੈਂ ਬਹੁਤ ਮਨ ਖਰਾਬ ਹੋਇਆ ਪਰ ਲੇਕਿਨ ਉਹ ਸਿਚੁਏਸ਼ਨ ਇਹੋ ਜਿਹੀ ਸੀਗੀ ਜੀ ਕਿ ਉਹ ਜਿੱਥੇ ਤੁਸੀਂ ਕਿਤੇ ਵੀ ਜੌਬ ਨੂੰ ਜਾਂਦੇ ਆ ਜਾਂ ਜਿੱਥੇ ਵੀ ਜਾਂਦੇ ਤੁਹਾਡੀ ਵੱਲ ਨੂੰ ਮਤਲਬ ਜੇ ਨਹੀਂ ਵੀ ਉਹ ਦੇਖਦੇ ਤਾਂ ਜੇ ਐਪਲੀਕੇਸ਼ਨ ਵੀ ਲਾ ਲੈਂਦੇ ਪਤਾ ਪਈ ਉਹਨਾਂ ਨੇ ਥੋੜਾ ਬੋਟਾ ਕਰਦੇ ਇਸ ਕਰਕੇ ਨਾ ਕਰਨੀ ਓਵਰਲ ਕਮਿਊਨਿਟੀ ਦੀ ਜਿਹੜੀ ਇਮੇਜ ਸੀ ਉਹ ਕਿਹੋ ਜੀ ਸੀ ਮੇਨਸਟ੍ਰੀਮ ਵਿੱਚ ਕਿ ਸਾਨੂੰ ਇੱਕ ਸਾਫ਼ ਸੁਥਰਾ ਸਮਝਦੇ ਹੀ ਚੰਗਾ ਸਮਝਦੇ ਹੀ ਜਾਂ ਇੱਕ ਤਰ੍ਹਾਂ ਦਾ ਵੱਖਰਾ ਹੀ ਜਿਸ ਤਰ੍ਹਾਂ ਹੈਗਾ ਨਹੀਂ ਨਹੀਂ ਵੱਖਰਾ ਨਹੀਂ ਜੀ ਉਹ ਉਸ ਵੇਲੇ ਕਮਿਊਨਿਟੀ ਨੂੰ ਬਹੁਤ ਵਧੀਆ ਸਮਝਦੇ ਵਧੀਆ ਸੀ ਕਿਉਂਕਿ ਉਹਦੀ وجہ ਇਹ ਸੀ ਸਾਡੇ ਬੰਦੇ ਸੀਗੇ ਥੋੜੇ ਜੀ ਇਨਡਿਸਿਪਲਿਨਡ ਸੀਗੇ ਹੂੰ ਹੂੰ ਉਹਦਾ ਚਾਹੂ ਗੁਰਦੁਆਰੇ ਦੇ ਵਿੱਚ ਜਿਹੜੀ ਗੱਲ ਉਹ ਵਖਰੀ ਆ ਪਰ ਉਹ ਵੀ ਕੋਈ ਇਦਾਂ ਦੀ ਨਹੀਂ ਸੀ ਲੇਕਿਨ ਡਿਸਿਪਲਿਨ ਦੇ ਵੀ ਸੀਗੇ ਸਾਰੇ ਯਾ ਯੂ ਨੋ ਉਸ ਵੇਲੇ ਤੁਹਾਨੂੰ ਪਤਾ ਜਿਹੜਾ ਜਿੱਦਾਂ ਹੁਣ ਸਾਡੀਆਂ ਸਾਡੀਆਂ ਡਰੈੱਸਾਂ ਆ ਆਪਣੇ ਬੰਦਿਆਂ ਦੀਆਂ ਕਹਿ ਲਓ ਜਾਂ ਆਪਣੇਆਂ ਲੇਡੀਜ਼ ਦੀ ਕਹਿ ਲਓ ਇਹ ਉਦੋਂ ਹੈ ਨਾ ਸੀ ਜੀ ਓਕੇ ਲੇਡੀਜ਼ ਆਪਣੀਆਂ ਸਾਰੀਆਂ ਜਿਹੜੀਆਂ ਸਕਰਟਸ ਵਗੈਰਾ ਜਾਂ ਜਿਹੜੀਆਂ ਉਹ ਉਹਨਾਂ ਨੇ ਆਪਣੇ ਡਰੈੱਸ ਅੱਜ ਲੰਮੇ ਡਰੈੱਸਾਂ ਹੁ ਪਾਈਆਂ ਸੋਨੀਆਂ ਸੀਗੀਆਂ ਉਹ ਸਲੀਆਰ ਵਗੈਰਾ ਨਹੀਂ ਸੀ ਹੁੰਦੀ ਜੀ ਤਾਂ ਬਾਕੀ ਜਿਹੜੇ ਹੈਗੇ ਆ ਬੰਦੇ ਵੀ ਉਸ ਵੇਲੇ ਤੁਸੀਂ ਜੇ ਤੁਸੀਂ ਕਹੋ ਕਿ ਪਜਾ ਜਿੱਦਾਂ ਹੁਣ ਅਸੀਂ ਪਜਾਮਿਆਂ ਸਾਨੇ ਤੇ ਘੁੰਮਦੇ ਆ ਕਿਉਂਕਿ ਸਾਡੀ ਆਬਾਦੀ ਹੋ ਗਈ ਹੁਣ ਉਹਨਾਂ ਨੇ ਟੋਲਰੇਟ ਕਰ ਲਿਆ ਸਾਨੂੰ ਰਾਈਟ ਸਾਡੀ ਦਸਤਾਰ ਨੂੰ ਵੀ ਹੁਣ ਇਸ ਵੇਲੇ ਇਹ ਨਹੀਂ ਅਪਣਾ ਲਿਆ ਕਿਸਮਤ ਆਫਕੋਰਸ ਇਹਦੇ ਬਾਰੇ ਸੀ ਵਿਸਥਾਰ ਵਿੱਚ ਗੱਲ ਕਰਾਂਗੇ ਸੋ 69 ਦੇ ਕਰੀਬ ਤੁਸੀਂ ਜਿਹੜਾ ਗੁਰਦੁਆਰੇ ਪੋਲਟਿਕਸ ਵਿੱਚ ਇਨਵੋਲ ਹੋਣੇ ਸ਼ੁਰੂ ਹੋ ਗਏ ਸੈਕਿੰਡ ਐਵੇਨਿਊ ਤੇ ਤੁਹਾਡਾ ਆਣਾ ਜਾਣਾ ਬਣ ਗਿਆ ਡਾਕਟਰ ਗੁਰਦੇਵ ਸਿੰਘ ਜੀ ਲ ਤੁਸੀਂ ਪ੍ਰੈਜ਼ੀਡੈਂਟ ਹੋਇਆ ਕਰਦੇ ਸੀ ਤੇ ਉਸ ਕਰਕੇ ਵੀ ਸਾਂਝ ਪੈ ਗਈ ਹੋਰ ਕਿਉਂਕਿ ਤੁਹਾਡੇ ਹੀ ਪਿੰਡ ਦੇ ਸੀ ਸੋ ਇਹਦੇ ਬਾਰੇ ਥੋੜਾ ਦੱਸੋ ਕੀ ਮਾਹੌਲ ਹੁੰਦਾ ਸੀ ਉਸ ਟਾਈਮ ਕਿਉਂਕਿ ਕਾਟੇ ਲੋਕ ਸੀ ਗੁਰਦੁਆਰੇ ਦੇ ਵਿੱਚ ਜਾਣਾ ਉੱਥੇ ਕਿਸ ਤਰ੍ਹਾਂ ਤੁਸੀਂ ਆਪਣਾ ਸਮਾਂ ਕਿਉਂਕਿ ਓਵਰ ਆਲ ਨੌਕਰੀ ਕੀਤੀ ਸਵੇਰੇ ਸ਼ਾਮ ਨੂੰ ਆਏ ਗਏ ਗੁਰਦੁਆਰਾ ਇੱਕ ਹੁੰਦਾ ਸੀਗਾ ਪਰ ਗੁਰਦੁਆਰਾ ਜੀ ਮੋਸਟਲੀ ਉਸ ਵੇਲੇ ਵੀਕਐਂਡ ਨੂੰ ਹੁੰਦਾ ਸੀਗਾ ਅੱਛਾ ਵੀਕਐਂਡ ਨੂੰ ਉੱਧਾ ਜਾਇਆ ਹੋ ਠੀਕ ਆ ਲੇਕਿਨ ਜੇ ਤੁਸੀਂ ਕਹੋ ਨਾ ਵੀ ਮਤਲਬ ਆ ਕੋਈ ਫੰਕਸ਼ਨ ਵਗੈਰਾ ਆ ਉਹ ਵੀਕਐਂਡ ਨੂੰ ਹੁੰਦੇ ਸੀਗੇ ਕਿਉਂਕਿ ਵੀਕਐਂਡ ਨੂੰ ਹੀ ਸਾਰੇ ਜਾਂਦੇ ਸੀਗੇ ਔਰ ਗੁਰਦੁਆਰੇ ਦਾ ਮਾਹੌਲ ਜਿਹੜਾ ਸੀਗਾ ਥੋੜਾ ਜਿਹਾ ਡਿਫਰੈਂਟ ਸੀਗਾ ਉਸ ਵੇਲੇ ਜਿਹੜਾ ਨਵਾਂ ਬੰਦਾ ਆਉਂਦਾ ਸੀਗਾ ਉਹਦੇ ਲਈ ਡਿਫਰੈਂਟ ਸੀਗਾ ਉਹਦੀ ਵਜ੍ਹਾ ਇਹ ਸੀਗੀ ਜੀ ਜਿਹੜੀ ਹੈ ਨਾ ਉਸ ਵੇਲੇ ਸਾਡੇ ਬੰਦੇ ਜਿਹਦੇ ਪਿੱਛੇ ਆਉਣੇ ਦੀ ਤਦਾਦ ਬਹੁਤ ਘਟ ਗਈ ਹੋ ਸੀਗੀ ਜੀ ਉਹ ਘਟ ਹੋਣ ਕਰਕੇ ਜਿਹੜੇ ਆਪਣੇ ਨਿਆਣੇ ਇਧਰਲੇ ਜੰਮਿਓ ਸੀਗੇ ਨਾ ਜੀ ਉਹਨਾਂ ਦੇ ਉੱਤੇ ਇਹ ਇਨਫਲੂਐਂਸ ਜਿਹੜਾ ਬਹੁਤਾ ਇਹ ਵੈਸਟਰਨ ਸੋਸਾਇਟੀ ਦਾ ਹੀ ਸੀਗਾ ਓਕੇ ਔਰ ਗੁਰਦੁਆਰੇ ਵੀ ਮੇਰੇ ਮਤ ਤੁਹਾਨੂੰ ਇਹ ਇਹ ਦੇ ਦੱਸਣਾ ਪਊ ਪਈ ਡੰਗੇ ਸਿਰ ਵੀ ਜੀ ਜਾਂਦੇ ਸੀਗੇ ਹਮ ਹਮ ਕਿਉਂਕਿ ਉਹਨਾਂ ਨੂੰ ਜਿਸ ਲਈ ਕਹਿਣਾ ਤਾਂ ਕਿਉਂਕਿ ਉਹ ਵਖਵਾ ਬਹੁਤ ਪੈ ਗਿਆ ਸੀਗਾ ਜੀ ਪਿੱਛੋਂ ਕੋਈ ਆ ਨਹੀਂ ਰਹੀ ਸੀ ਲਗਾ ਹੈ ਨਾ ਅਸੀਂ ਔਰ ਉਹਨਾਂ ਦੀ ਜਿਹੜੀ ਸੋਚ ਸੀਗੀ ਉਹੀ ਭਈ ਜਿਹੜੇ ਗੋਰੇ ਆ ਉਹ ਟੋਪੀ ਲਾ ਕੇ ਰਾਈਟ ਅੰਦਰ ਜਾਂਦੇ ਜਾਂਦੇ ਆ ਹਨਾ ਜੀ ਇਹੋ ਜਿਹੀ ਸੋਚ ਨਿਆਣਿਆਂ ਦੀ ਜਿਹੜੀ ਸੀਗੀ ਇਸ ਕਰਕੇ ਤਾਂ ਉਹ ਫਿਰ ਉਹ ਇਦਾਂ ਹੀ ਉਹ ਤਕਰੀਬਨ ਉਹ ਚੱਲਦਾ ਹੀ ਰਿਹਾ ਪਰ ਕੀ ਕਮਿਊਨਿਟੀ ਵਿੱਚ ਇੱਕ ਮੋਟ ਸੀ ਕਿਉਂਕਿ ਘੱਟ ਲੋਕ ਸੀ ਇੱਕ ਦੂਸਰੇ ਨੂੰ ਸਾਰੇ ਇੱਕ ਤਕਰੀਬਨ ਜਾਣਦਾ ਸੀ ਸੋ ਕੀ ਸਾਂਝ ਹੈਗੀ ਸੀ ਜਾਂ ਅਜੇ ਵੀ ਉਹ ਇੱਕ ਵੱਖਰੀ ਸੋਚ ਚੱਲਦੀ ਸੀ ਨਹੀਂ ਵੱਖਰੀ ਨਹੀਂ ਜੀ ਉਸ ਵੇਲੇ ਜਿਹੜੀ ਸਾਂਝ ਸੀਗੀ ਉਹ ਬਿਲਕੁਲ ਉਹ ਬਹੁਤ ਸਾਰਿਆਂ ਦੀ ਇਕੱਠੀ ਸਾਂਝ ਸੀਗੀ ਖਾਲਸਾ ਦਿਵਾਨ ਸੋਸਾਇਟੀ ਜਿਹੜੀ ਆ ਇਹਦੀਆਂ ਜਿਹੜੀਆਂ ਬ੍ਰਾਂਚੇਸ ਸੀਗੀਆਂ ਉਹ ਇਹਨਾਂ ਦਾ ਕੋਆਪਰੇਟ ਬਹੁਤ ਵਧੀਆ ਕਰਦੀਆਂ ਸੀਗੀਆਂ ਓਕੇ ਔਰ ਜਿਹੜੀ ਕਮਿਊਨਿਟੀ ਸੀਗੀ ਚਾਹੇ ਉਹ ਜਿੱਥੇ ਵੀ ਮਰਜੀ ਸੀਗੀ ਉਹ ਇਕੱਠੇ ਸੀਗੇ ਰਾਈਟ ਇੱਕਠੇ ਇਸ ਕਰਕੇ ਸੀਗੇ ਜਿਹੜੇ ਇਹਨਾਂ ਨੇ ਜੀ ਫੰਕਸ਼ਨ ਵੀ ਬੰਡਿਓ ਸੀਗੇ ਉਹ ਇਸ ਕਰਕੇ ਬੰਡਿਓ ਸੀਗੇ ਕਿ ਜਦੋਂ ਅਖੰਡ ਪਾਠ ਕਰਨਾ ਨਾਲ ਜੀ ਅਖੰਡ ਪਾਠੀ ਤਾਂ ਹੁੰਦੀ ਨਾ ਸੀ ਰਾਈਟ ਉਸ ਵੇਲੇ ਉਹ ਤਿੰਨਾ ਚੌਂ ਗੁਰਦੁਆਰਿਆਂ ਦੇ ਉਹ ਉਹਨਾਂ ਨੇ ਬੰਡਿਓ ਸੀਗੇ ਇੱਥੇ ਜਿੱਦਾਂ ਹੁਣ ਮਸਲਨ ਇੱਥੇ ਸਾਡੇ ਬੈਂਕੋਵਰਡ ਵਿੱਚ ਗੁਰੂ ਗੋਬਿੰਦ ਸਿੰਘ ਦਾ ਜੀ ਮਨਾਇਆ ਜਾਂਦਾ ਸੀਗਾ ਉੱਥੇ ਵਿਸਾਖੀ ਮਨਾਈ ਜਾਂਦੀ ਸੀਗੀ ਬਕਟੋਰੀਏ ਹਾਂ ਜੀ ਦੂਜੇ ਹਲ ਕਰਿਸਮ ਗਾਈ ਜਾਂਦੇ ਸੀਗੇ ਆਜ਼ਾਦੀ ਦਾ ਦਿਨ ਇਦਾਂ ਹੀ ਨਹੀਂ ਦਿਨ ਬੰਡੀਓ ਸੀਗੀ ਠੀਕ ਹੈ ਤਾਂ ਜਿਹੜੀ ਸੀਗੀ ਦਰਸਲੀ ਜਿਹੜੇ ਆਪਣੇ ਇੱਥੇ ਆਬਾਦੀ ਵੈਨਕੂਵਰ ਦੇ ਵਿੱਚ ਬਥੇਰੀ ਸੀ ਲੇਕਿਨ ਜਿਹੜੀ ਵੈਨਕੂਵਰ ਆਈਲੈਂਡ ਹੈਗਾ ਨਾ ਜੀ ਉੱਥੇ ਮਿੱਲਾ ਹੋਣ ਕਰਕੇ ਆਪਣੇ ਜਿਹੜੇ ਆ ਮਤਲਬ ਆ ਜਿਹੜੀਆਂ ਜਿਹੜੀਆਂ ਜਿੱਦਾਂ ਗੇਮਸ ਵਗੈਰਾ ਹੈ ਨਾ ਉਹ ਬਹੁਤੀਆਂ ਉੱਥੇ ਹੀ ਸੀਗੀਆਂ ਅੱਛਾ ਜੀ ਹਾਂ ਉਹ ਤਾਂ ਉੱਤੇ ਸੀਗੀਆਂ ਇਹ ਤਾਂ ਮੇਰਾ ਖਿਆਲ ਆ ਵੀ ਅਸੀਂ 9 69 ਦੇ ਵਿੱਚ ਆ ਗਏ ਜਾਂ 8 ਜਾਂ 9 ਦੇ ਵਿੱਚ ਆ ਗਏ ਇਹਨਾਂ ਦੇ ਡਾਕਟਰ ਹੋਣਾ ਨਾਲ ਗੱਲਬਾਤ ਕਰਕੇ ਤਾਂ ਅਸੀਂ ਇੱਥੇ ਟੂਰਨਾਮੈਂਟ ਸਟਾਰਟ ਕੀਤਾ ਸੀਗਾ ਅੱਛਾ ਜੀ ਤਾਂ ਪਹਿਲਾਂ ਸਾਰੇ ਟੂਰਨਾਮੈਂਟ ਵਗੈਰਾ ਆਈਲੈਂਡ ਸੀ ਵੈਨ ਆਈਲੈਂਡ ਕੀ ਹੁੰਦੀ ਸੀ ਰਾਈਟ ਸੋ ਇਸ ਸਮੇਂ ਤੱਕ ਪਰਿਵਾਰ ਮੈਰਿਜ ਹੋ ਗਈ ਸੀ ਫੈਮਿਲੀ ਦੇ ਬਾਰੇ ਦੱਸੋ ਕਿ ਕਿੰਨੇ ਤੁਹਾਡੇ ਬੱਚੇ ਹੈਗੇ ਨੇ ਮੇਰੇ ਬੱਚੇ ਮੈਂ ਫਿਰ ਕੀ ਕਰਦੇ ਸੀ ਤੁਸੀਂ ਚਾਰ ਆ ਜੀ ਮੈਂ ਇੱਕ ਬੇਬੀ ਸੀ ਜਦੋਂ ਮੈਂ ਆਇਆ ਚਾਰ ਲਈ ਸੀ ਰਾਈਟ ਤਾਂ ਹੁਣ ਤਾਂ ਹੁਣ ਚਾਰ ਬੱਚੇ ਚਾਰੇ ਆਪਣੇ ਆਪਣੇ ਥਾਂ ਥਾਂ ਸੋ ਇਹ ਸਮਾਂ ਜਿਹੜਾ ਸੀ ਜੀ ਤੁਸੀਂ ਗੁਰਦੁਆਰੇ ਚ ਆਣਾ ਸ਼ੁਰੂ ਕੀਤਾ ਤੁਹਾਡਾ ਇੰਟਰਸਟ ਗੁਰਦੁਆਰੇ ਪੋਲਿਟਿਕਸ ਵਾਲੇ ਪਾਸੇ ਕਹੋਂ ਤੋਂ ਪੜਨਾ ਸ਼ੁਰੂ ਹੋਇਆ ਗੁਰਦੁਆਰੇ ਵਾਲੇ ਪਾਸੇ ਜੇ ਤੁਸੀਂ ਕਹੋ ਮੇਰਾ ਇੰਟਰਸਟ ਬਹੁਤਾ ਹੈ ਨਾ ਜੀ ਉਹ ਤਾਂ ਫਿਰ ਮੈਨੂੰ ਮੇਰੀ ਬਾਖਬੀਰ ਕਰਕੇ ਵੀ ਮੱਲੂ ਮੱਲੀ ਮੈਨੂੰ ਲੈ ਲੈਂਦੇ ਸੀਗੇ 69 ਦੇ ਵਿੱਚ ਫਿਰ ਜਿਸ ਵੇਲੇ ਗੁਰਦੁਆਰਾ 68 ਦੇ ਵਿੱਚ ਨਾ ਜੀ ਉਸ ਵੇਲੇ ਫਿਰ ਆ 64 ਤੋਂ ਲੈ ਕੇ 68 ਤਾਈ ਉਹ ਫਿਰ ਗੱਲਾਂ ਬਾਤਾਂ ਹੋਣ ਲੱਗ ਪਈਆਂ ਸੀ ਵੀ ਗੁਰਦੁਆਰਾ ਛੋਟਾ ਆ ਭਈ ਜਿਹੜੇ ਸਿਆਣੇ ਬੰਦੇ ਸੀਗੇ ਤੁਸੀਂ ਕੁਝ ਨਾ ਕੁਝ ਕਰੋ ਜੀ ਤਾਂ ਕੋਈ ਜ਼ਮਾਨਾ ਸੀਗਾ ਇਹ ਇਹਨਾਂ ਸਾਡੇ ਡਾਕਟਰ ਉਹਨਾਂ ਨੂੰ ਜਿਹੜੇ ਪੰਜ ਸੱਤ ਇਹ ਬੰਦੇ ਯੂਨੀਵਰਸਿਟੀ ਦੇ ਵਿੱਚ ਹੁੰਦੇ ਸੀ ਸਿਆਣੇ ਜਾ ਕੇ ਇਹਨਾਂ ਨੂੰ ਕਿਹਾ ਕਿ ਲਿਆਈ ਸੀ ਤੇ ਕਾਕਾ ਤੁਸੀਂ ਆਓ ਗੁਰਦੁਆਰੇ ਆਇਆ ਕਰੋ ਤੇ ਤੁਹਾਡੀ ਸਾਡਾ ਲੋੜ ਆ ਤਾਂ ਫੇਰ ਇਹਨਾਂ ਨੇ ਆ ਕੇ ਜਲੇ ਸੋਚਿਆ ਵੀ ਗੁਰਦੁਆਰੇ ਸਾਡਾ ਇਹ ਗੁਰਦਾਰੇ ਨੂੰ ਵੀ ਹੁਣ ਸਾਨੂੰ ਲੈਣਾ ਚਾਹੀਦਾ ਕਿਤੇ ਨਾ ਕਿਥਾਂ ਉਦੋਂ ਉਹ ਫਿਰ ਮੇਰੇ ਖਿਆਲ 68 68 ਦੇ ਵਿੱਚ ਨਾ ਜੀ ਇਹ ਮਰੀਨ ਡਰਾਈਵ ਦੇ ਉੱਤੇ ਜਿਹੜਾ ਥਾਂ ਲਿਆ ਅੱਛਾ ਜੀ ਲੇਕਿਨ ਉਸ ਵੇਲੇ ਦੇ ਹਿਸਾਬ ਦੇ ਨਾਲ ਵੀ ਉਹ ਜਿਹੜੇ ਸਿਆਣੇ ਸੀਗੇ ਉਹ ਪੈਸੇ ਦੇਖ ਕੇ ਘਬਰਾਉਂਦੇ ਸੀਗੇ ਜੋ ਬਹੁਤ ਜ਼ਿਆਦਾ ਅਮਾਉਂਟ ਸੀ ਕਿਸ ਤਰ੍ਹਾਂ ਪੇ ਕਰਾਂਗੇ ਇਹ ਤੁਸੀਂ ਕਿੱਥੇ ਪੂਰੇ ਕਰਨੇ ਕਹੀ ਤਾਂ ਇਹ ਕਹਿੰਦੇ ਸੀਗੇ ਉਹ ਤੁਸੀਂ ਜਾਣ ਦਿਓ ਵੀ ਇਹ ਵਿੱਚ ਹੀ ਤੁਸੀਂ ਜਦੋਂ ਇਹ ਕੰਮ ਹੋਣਾ ਨਹੀਂ ਹੈ ਇੰਨਾ ਵੱਡਾ ਤੁਸੀਂ ਕੰਮ ਕਿਦਾਂ ਕਰ ਲੈਣਾ ਆ ਜ਼ਮੀਨ 75000 ਦੀ ਤੋਹੀ ਜ਼ਮੀਨ ਖਰੀਦਣ ਲੱਗੇ ਵਾ ਉਹ ਜਿੱਥੇ ਗੁਰਦੁਆਰਾ ਬਣਾਉਣਾ ਏਦਾਂ ਦੀਆਂ ਗੱਲਾਂ ਮਤਾਂ ਚੱਲਦੀਆਂ ਸੀਆਂ ਰਾਈਟ ਲੇਕਿਨ ਕਮਿਊਨਿਟੀ ਵਿੱਚ ਜਜ਼ਬਾ ਸੀ ਕਿ ਕਿਉਂਕਿ ਧਰਮ ਦੇ ਨਾਂ ਉੱਤੇ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਹੀ ਸਿੱਖ ਜਣੇ ਨੇ ਅੱਗੇ ਆ ਕੇ ਯੋਗਦਾਨ ਪਾਉਂਦੇ ਰਹੇ ਸੋ ਇਸ ਸਮੇਂ ਦੌਰਾਨ ਵੀ ਕੀ ਸਾਰੇ ਲੋਕ ਇਕੱਠੇ ਹੋ ਕੇ ਮਾਇਆ ਦਿੱਤੀ ਇਹ ਉਹ ਜਿਹੜੇ ਹਨ ਜੀ ਉਹ ਜਿਹੜੀ ਉਹ ਜਿਹੜਾ ਜ਼ਮਾਨਾ ਸੀਗਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜੇ ਹੁਣ ਦੇ ਬੰਦੇ ਜਿਹੜੇ ਆ ਹੁਣ ਆਏ ਆ ਉਹ ਹੋ ਸਕਦਾ ਕਹਿਣ ਪਈ ਜੀ ਨਗੇਸ਼ਰ ਜਾਂਦੇ ਸੀਗੇ ਆ ਸੀਗਾ ਲੇਕਿਨ ਜਜ਼ਬਾ ਸੀਗਾ ਜੀ ਸਿੱਖੀ ਦਾ ਜਜ਼ਬਾ ਜ਼ਰੂਰ ਸੀਗਾ ਗੁਰਦੁਆਰੇ ਦਾ ਸੀਗਾ ਇਸੇ ਕਰਕੇ ਇਹ ਗੱਲ ਆਈ ਪਈ ਅਸੀਂ ਗੁਰਦੁਆਰਾ ਬਣਾਉਣਾ ਵਧੀਆ ਬਣਾਉਣਾ ਉਹ ਤੁਹਾਡੇ ਸਾਹਮਣੇ ਜਦੋਂ ਇਹੋ ਜ਼ਮੀਨ ਲਈ ਆ ਉਸ ਵੇਲੇ ਮੇਰੇ ਖਿਆਲ ਪੌਣੇ 3 ਏਕੜ ਇਹੋ ਜ਼ਮੀਨ ਹੈ ਸੀਗੀ ਇਹ ਲਈ ਆ ਉਹ ਤੋਂ ਬਾਅਦ ਫਿਰ ਗੁਰਦੁਆਰਾ ਵੀ ਤੁਹਾਨੂੰ ਪਤਾ ਬੜਾ ਵਧੀਆ ਬਣਾਇਆ ਲੇਕਿਨ ਇੰਨਾ ਜ਼ਰੂਰ ਸੀਗਾ ਵੀ ਬੀਸੀ ਦੇ ਵਿੱਚ ਜਿੰਨੇ ਬੰਦੇ ਸੀਗੇ ਨਾ ਜੀ ਉਹਨਾਂ ਨੇ ਅਗਰਾਹੀ ਸਾਰਿਆਂ ਨੇ ਦਿੱਤੀ ਆ ਲੇਕਿਨ ਹਰੇਕ ਨੂੰ ਇੰਨਾ ਕਿਹਾ ਸੀਗਾ ਵੀ ਤੁਸੀਂ ਤਿੰਨਾਂ ਸਾਲਾਂ ਚ 300 ਡਾਲਰ ਪੂਰਾ ਕਰ ਦਿਓ ਓਕੇ ਹੈ ਜੀ ਤਾਂ ਮੋਸਟਲੀ ਸਭ ਨੇ ਪੂਰਾ ਕੀਤਾ ਪੂਰਾ ਕੀਤਾ ਹੀ ਆ ਸੋ ਗੁਰਦੁਆਰਾ ਜਿਹੜਾ ਸੀ ਇਹਦੀ ਨਵੀਂ ਥਾਂ ਲਈ ਗਈ ਉਸ ਤੋਂ ਬਾਅਦ ਉਹ ਸਾਰੀ ਹੋਈ ਉਹਦੇ ਵਿੱਚ ਕਿੰਨੀ ਕੋਈ ਤੁਹਾਡੀ ਇਨਵੋਲਵਮੈਂਟ ਸੀ ਕੀ ਕੁਝ ਹੋਇਆ ਇਸ ਸੰਬੰਧ ਵਿੱਚ ਅਸੀਂ ਅਗਲੇ ਹਫਤੇ ਜਦੋਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਉਸ ਵਿੱਚ ਜਾਣਕਾਰੀ ਲਾਂਗੇ ਕਿ ਕਿਸ ਤਰ੍ਹਾਂ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਤੁਸੀਂ ਸਾਰਿਆਂ ਨੇ ਜੋ ਉਪਰਾਲੇ ਕੀਤੇ ਕਿਸ ਤਰ੍ਹਾਂ ਉਹ ਕਾਮਯਾਬੀ ਹਾਸਲ ਹੋਈ ਕਿਹੜੇ ਚੈਲੰਜਸ ਫੇਸ ਕੀਤੇ ਗਏ ਇਸ ਬਾਰੇ ਅਗਲੇ ਹਫਤੇ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ